ਕੱਲ ਜੋ ਤੁਹਾਨੂੰ ਮੈਨੇ ਹਾਰਮਨਾਕ ਥਿਊਰਮ ਦਾ ਲਿੰਕ ਭੇਜਿਆ ਸੀ ਯੂਟਿਊਬ ਤੋਂ, ਉਹਦੀ ਸਟੇਟਮੈਂਟ ਦਾ ਮਤਲਬ ਇਹ ਹੈ ਇਫ ਐਮ ਕੋਈ ਸਬਸਪੇਸ ਐਨ ਦਾ, ਠੀਕ ਹੈ, ਅਤੇ ਸਾਡੇ ਕੋਲ ਮੰਨ ਲਓ ਕੋਈ ਫੰਕਸ਼ਨ ਹੈ ਐਮ ਟੂ ਐਫ, ਕੋਈ ਫੰਕਸ਼ਨ ਐਫ ਨੋਟ ਹੈ, ਤਾਂ ਆਪਾਂ ਉਹਨੂੰ ਕੀ ਕਰ ਸਕਦੇ ਹਾਂ ਹੋਲ ਸਪੇਸ 'ਤੇ ਉਹਨੂੰ ਕੀ ਐਕਸਟੈਂਡ ਕਰ ਸਕਦੇ ਹਾਂ ਉਸ ਐਮ ਨੂੰ, ਐਨ ਸਾਡੇ ਕੋਲ ਹੋਲ ਸਪੇਸ ਹੈ, ਹੋਲ ਸਪੇਸ 'ਤੇ ਇੱਕ ਫੰਕਸ਼ਨ ਐਫ ਡਿਫਾਈਨ ਕਰ ਸਕਦੇ ਹਾਂ, ਸੱਚ ਦੈਟ ਕੀ ਹੋਊਗਾ ਐਫ ਨੋਟ ਐਕਸ ਇਜ ਇਕੁਅਲ ਟੂ ਐਫ ਐਕਸ ਆਊਗਾ, ਫੋਰ ਆਲ ਐਕਸ ਬਿਲੋਂਗ ਟੂ ਐਮ ਹੋਊਗਾ, ਪਲੱਸ ਜਿਹੜਾ ਨੋਮ ਹੋਊਗਾ ਦੋਨੇ ਫੰਕਸ਼ਨ ਦਾ ਉਹ ਕੀ ਹੋਊਗਾ ਇਕੁਅਲ ਹੋਊਗਾ। ਰਿਪੀਟ ਕਰ ਦਿੰਦਾ, ਐਮ ਸਾਡੇ ਕੋਲ ਕੀ ਹੈ ਸਬਸਪੇਸ ਐਨ ਦੀ ਹੈ, ਸਾਨੂੰ ਕੋਈ ਫੰਕਸ਼ਨਲ ਡਿਫਾਈਨ ਹੈ ਐਫ ਨੋਟ ਐਫ ਟੂ, ਸੋਰੀ ਐਮ ਟੂ ਐਫ ਕੈਪੀਟਲ ਐਫ, ਤਾਂ ਆਪਾਂ ਇਸ ਐਮ ਨੂੰ ਐਕਸਟੈਂਡ ਕਰ ਸਕਦੇ ਹਾਂ ਹੋਲ ਸਪੇਸ ਐਨ 'ਤੇ ਐਕਸਟੈਂਡ ਕਰ ਸਕਦੇ ਹਾਂ ਬਾਈ ਡਿਫਾਈਨਿੰਗ ਏ ਫੰਕਸ਼ਨ ਐਫ ਐਨ ਟੂ ਐਫ, ਸੱਚ ਦੈਟ ਕੀ ਹੋਊਗਾ ਐਫ ਨੋਟ ਐਕਸ ਇਜ ਇਕੁਅਲ ਟੂ ਐਕਸ ਹੋਊਗਾ, ਫੋਰ ਆਲ ਐਕਸ ਬਿਲੋਂਗ ਟੂ ਐਮ, ਐਂਡ ਐਫ ਨੋਟ ਨੋਮ ਇਜ ਇਕੁਅਲ ਟੂ ਐਫ ਨੋਮ ਹੋਊਗਾ, ਠੀਕ ਹੈ। ਬਟ ਇਸ ਤੋਂ ਪਹਿਲਾਂ ਅਸੀਂ ਕੀ ਹੈ ਇੱਕ ਲੈਮਾ ਕਰਾਂਗੇ, ਉਸ ਲੈਮੇ ਦਾ ਕੀ ਮਤਲਬ ਹੈ, ਜੇ ਮੰਨ ਲਓ ਸਾਨੂੰ ਕੋਈ ਐਮ ਕੋਈ ਸਬਸਪੇਸ ਹੈ ਐਨ ਦਾ ਹੀ ਹੈ ਅਤੇ ਕੋਈ ਫੰਕਸ਼ਨ ਐਫ ਡਿਫਾਈਨ ਹੈ, ਤਾਂ ਐਕਸ ਨੋਟ ਹੈ ਕਿਹੜਾ ਕੋਈ ਐਮ 'ਚ ਬਿਲੋਂਗ ਨਹੀਂ ਕਰਦਾ, ਤਾਂ ਆਪਾਂ ਕੀ ਇੱਕ ਇਹਨਾਂ ਦੋਨਾਂ ਨੂੰ ਮਿਲਾ ਕੇ ਇੱਕ ਐਮ ਨੋਟ ਬਣਾ ਸਕਦੇ ਹਾਂ, ਐਮ ਨੋਟ ਕੀ ਹੈ ਐਮ ਯੂਨੀਅਨ ਐਕਸ ਨੋਟ, ਠੀਕ ਹੈ, ਅਤੇ ਇੱਕ ਫੰਕਸ਼ਨ ਐਫ ਡਿਫਾਈਨ ਕਰ ਸਕਦੇ ਹਾਂ, ਠੀਕ ਹੈ, ਸੱਚ ਦੈਟ ਕੀ ਹੋਊਗਾ ਐਫ ਨੋਟ ਐਕਸ ਇਜ ਇਕੁਅਲ ਟੂ ਐਫ ਐਕਸ ਫੋਰ ਆਲ ਐਕਸ ਬਿਲੋਂਗ ਟੂ ਐਮ ਹੋਊਗਾ, ਐਂਡ ਐਫ ਨੋਟ ਨੋਮ ਇਜ ਇਕੁਅਲ ਟੂ ਐਫ ਨੋਮ ਹੋਊਗਾ। ਪਹਿਲਾਂ ਅਸੀਂ ਇਹ ਲੈਮਾ ਸ਼ੋਅ ਕਰਾਂਗੇ, ਠੀਕ ਹੈ, ਉਸ ਥਿਊਰਮ ਦੀ ਸਮਰੀ ਹੈ, ਇੱਕ ਵਾਰ ਤੁਸੀਂ ਉਹਨੂੰ ਪੜ੍ਹ ਕੇ ਦੇਖ ਲਓ।